पिछले कुछ सालों च अंतरराष्ट्रीय पद्धर ते जिन्हां विषयां ते बहस की जा रही है उन्हां विचों एक है ग्लोबल वार्मिंग भाव ग्लोबल तापमान विच वाधा। ए फैक्ट्रियां ते वाहनां विचों निकलदा धुआं है जो साडी धरती नूं गर्म कर रहा है। इस दे कारण उत्तरी अते दक्षिणी ध्रुवां दे बर्फ पिघल रही है अते समुंदर दे पानी दा पद्धर भी वध रहा है। कई अंतरराष्ट्रीय खोजकर्ता ग्लोबल वार्मिंग नूं रोकण लई निरंतर कोशिशां कर रहे हन। इसी तरह नौवीं जमात विच पढ़ रही एक छोटी जिही विज्ञानी विनिशा उमा शंकर ने सूरज दी ऊर्जा नाल काम करन वाली सोलर आयनिंग कार्ड दी काढ़ कढ़ी। 12 साल विनिशा नूं एहसास होया कि कोले बलण नाल पैदा हुई गर्मी मौसम दी तब्दीली दा एक वड्डा कारण है। स्कूल तो वापस आउंदे समें उसने एक बार कपड़े धो के इस्त्री करन वालियां वल्लों लकड़ी दे कोले दी वरतों कारण होण वाले खर्च अते वातावरण प्रदूषण बारे एक विचार आया। जे 12 सालां दी बच्ची इह कहे कि उसनूं कार्ड कढ़न लई एक नवां विचार आया है तां बहुत ही विरले मापे उसनूं उत्साहित करनगे। जे माता पिता उसदे ज्ञान नूं विचारदे ने तां इसदा अर्थ सिर्फ इह है कि अजिहे माता पिता नूं लभणा बहुत मुश्किल है जो अपने बच्चियां नूं सोचण लई प्रेरित करदे ने। विनिशा दे पिता उमा शंकर सत्यनारायण अपनी बेटी दे नजदीक रहिंदे उसदी खोज नूं हर कदम ते उत्साहित करदे रहे ने। धी दी हर छोटी सफलता दा जश्न मनाउंदे होए ओह उसदे नाल खड़े रहे ਅਤੇ ਜਦੋਂ ਵੀ ਕੋਈ ਛੋਟੀ ਜਿਹੀ ਪਰੇਸ਼ਾਨੀ ਹੁੰਦੀ ਸੀ ਤਾਂ ਉਸ ਨੂੰ ਉਤਸ਼ਾਹਿਤ ਕਰਦੇ ਰਹੇ। ਇਹ ਬਣਾ ਇਹਨੋਂ ਪੁੰਨਗੀ ਇਹਨਾਂ ਸੋਲੀ ਰਗਣਾ ਮੈਂ ਆਪਣੀ ਧੀ ਨੂੰ ਕਿਹਾ ਕਰਦਾ ਸੀ ਕਿ ਉਸ ਭਵਿੱਖ ਵਿੱਚ ਪੜ੍ਹਾਈ ਕਰਕੇ ਜੋ ਕੁਝ ਚਾਹੁੰਦੀ ਹੈ ਬਣ ਸਕਦੀ ਹੈ ਪਰ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਸਾਨੂੰ ਹਰ ਸਾਲ ਉਸ ਦੇ ਬਦਲੇ ਵਿੱਚ ਉਸ ਸਮਾਜ ਵਿੱਚ ਕੁਝ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਨਹੀਂ ਕਰਨਾ ਚਾਹੀਦਾ ਜਿਸਦਾ ਮਕਸਦ ਸਿਰਫ ਪੈਸਾ ਕਮਾਉਣਾ ਹੋਵੇ। ਸਾਡੇ ਬੱਚੇ ਨੂੰ ਕਾਰ ਤੋਂ ਜੋ ਸੰਤੁਸ਼ਟੀ ਮਿਲੇਗੀ ਉਹ ਕਰੋੜਾਂ ਰੁਪਏ ਵੀ ਨਹੀਂ ਦੇ ਸਕਦੇ। ਮਨਦਲ ਪਲ ਕੋਡਿਕਲ ਤਰ੍ਹਾਂ ਤ੍ਰਿਪਤੀ ਵੰਦ ਆਉਂਗੇ ਇਹ ਮਾਰੀ ਪੰਡਰਪ ਕੜਿਗੋ। ਵਿਨਿਸ਼ਾ ਨੇ ਆਪਣੇ ਵਿਚਾਰ ਨੂੰ ਇੱਕ ਵੱਡੀ ਕਾਰਡ ਵਿੱਚ ਬਦਲਣ ਲਈ ਲਗਭਗ 4 ਸਾਲ ਸਖਤ ਮਿਹਨਤ ਕੀਤੀ। ਇਸ ਪ੍ਰਾਪਤੀ ਦੇ ਮੱਦੇਨਜ਼ਰ ਵਿਨਿਸ਼ਾ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਦੇ ਵਿਗਿਆਨ ਟੈਕਨੋਲੋਜੀ ਵਿਭਾਗ ਵੱਲੋਂ ਡਾਕਟਰ ABJ ਕਲਾਮ ਇਗਨਾਈਟ ਅਵਾਰਡ ਦਿੱਤਾ ਗਿਆ ਸੀ। ਵਿਨਿਸ਼ਾ ਨੂੰ ਸਵੀਡਨ ਦੀ ਚਿਲਡਰਨ ਕਲਾਈਮੇਟ ਫਾਊਂਡੇਸ਼ਨ ਵੱਲੋਂ ਚਿਲਡਰਨ ਕਲਾਈਮੇਟ 2020 ਅਵਾਰਡ ਵੀ ਦਿੱਤਾ ਗਿਆ। ਇਹ ਪੁਰਸਕਾਰ ਇੱਕ ਆਨਲਾਈਨ ਪ੍ਰੋਗਰਾਮ ਵਿੱਚ ਦਿੱਤਾ ਗਿਆ ਜਿਸ ਵਿੱਚ ਸਵੀਡਨ ਦੇ ਵਾਤਾਵਰਣ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਜ਼ਾਬੈਲਾ ਲੋਵੇ ਨੇ ਵੀ ਸ਼ਿਰਕਤ ਕੀਤੀ। ਵਾਤਾਵਰਣ ਦੀ ਰੱਖਿਆ ਲਈ ਉੱਤਮ ਕਾਢਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਆਮ ਤੌਰ ਤੇ ਗੱਡੀ ਦੇ ਸਭ ਤੋਂ ਉੱਤੇ ਸੋਲਰ ਪੈਨਲ ਲਗਾਇਆ ਜਾਂਦਾ ਹੈ। ਇਸ ਪੈਨਲ ਤੇ ਪੈਣ ਵਾਲੀਆਂ ਸੂਰਜ ਦੀਆਂ ਕਿਰਨਾਂ ਨਾਲ ਬਿਜਲੀ ਪੈਦਾ ਹੁੰਦੀ ਹੈ। ਇਹ ਬਿਜਲੀ ਗੱਡੀ ਦੀ ਬੈਟਰੀ 'ਚ ਜਾਣ ਤੋਂ ਬਾਅਦ ਇੱਕ ਆਇਰਨ ਬਾਕਸ ਵਿੱਚ ਆਉਂਦੀ ਹੈ। ਇਹ ਆਇਰਨ ਬਾਕਸ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਬਿਜਲੀ ਨੂੰ ਸੁਰੱਖਿਅਤ ਕਰਕੇ ਮੀਂਹ ਅਤੇ ਧੁੱਪ ਵਰਗੇ ਮੌਸਮ 'ਚ ਬਿਹਤਰ ਢੰਗ ਨਾਲ ਕੰਮ ਕਰ ਸਕੇ। ਚਾਰਕੋਲ ਦੀ ਮਦਦ ਨਾਲ ਇਸਤਰੀ ਕਰਨ ਵਾਲਿਆਂ ਲਈ ਸਿਰਫ ਕੋਲਾ ਖਰੀਦਣ ਲਈ ਹਜ਼ਾਰਾਂ ਰੁਪਏ ਖਰਚ ਹੁੰਦੇ ਨੇ ਪਰ ਇਸ ਸੋਲਰ ਆਇਰਨ ਗੱਡੀ ਨੂੰ ਖਰੀਦਣ ਨਾਲ ਇਸ ਕੀਮਤ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਵਿੱਚ ਕੋਈ ਵੀ ਖਰਾਬੀ ਆਉਣ ਤੇ ਕੋਈ ਵੀ ਇਲੈਕਟ੍ਰੀਸ਼ੀਅਨ ਆਸਾਨੀ ਨਾਲ ਇਸ ਦੀ ਮੁਰੰਮਤ ਵੀ ਕਰ ਸਕਦਾ ਹੈ। ਵਿਨਿਸ਼ਾ ਜਿਸ ਸਪਸ਼ਟਤਾ ਨਾਲ ਬੋਲਦੀ ਹੈ ਉਸ ਦੀ ਉਮਰ ਦੇ ਬੱਚੇ ਤੋਂ ਉਮੀਦ ਨਹੀਂ ਕੀਤੀ ਜਾਂਦੀ। ਉਹ ਕਹਿੰਦੀ ਹੈ ਕਿ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੀ ਭਾਲ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਸਮੱਸਿਆ ਦੇ ਵਿਰੋਧ ਵਿੱਚ ਸੜਕ ਤੇ ਉਤਰ ਕੇ ਜਾਗਰੂਕਤਾ ਪੈਦਾ ਕਰਨੀ। ਨਮ ਸਟਰੀਟਲ ਪੋਈ ਪ੍ਰੋਟੈਸਟ ਪੰਨਲਾ ਦੂਜਿਆਂ ਨੂੰ ਮੌਸਮ ਦੀ ਤਬਦੀਲੀ ਦੀ ਮਹੱਤਤਾ ਬਾਰੇ ਦੱਸਣ ਲਈ ਅਸੀਂ ਸੜਕ ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਪਰ ਬਿਨਾਂ ਕੋਈ ਜ਼ਿੰਮੇਵਾਰੀ ਲਈ ਲੜਨ ਦਾ ਕੋਈ ਲਾਭ ਨਹੀਂ ਇਨਚਾਰਜ ਅਤੇ ਰਿਸਪੌਂਸਿਬਿਲਿਟੀ ਅਤੇ ਇਹਦੋਂ ਪੰਨ ਮਾਟਨ ਰਾਦਨਾਲ ਦਾ ਇਸ ਲਈ ਮੈਂ ਜ਼ਿੰਮੇਵਾਰੀ ਲੈਣ ਦਾ ਫੈਸਲਾ ਕੀਤਾ ਅਤੇ ਵਾਤਾਵਰਨ ਨਾਲ ਸੰਬੰਧਿਤ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਇਨੋਵੇਸ਼ਨ ਆਈਡੀਆ என்னோட லோக்கல் ஏரியால என்ன ப்ராப்ளம் இருக்கு அப்படின்னு பார்த்து நான் கண்டுபிடிக்கிறேன் நான் மத்தவங்களை எதுவும் சொல்ல போறது இல்ல ਵਿਨਿਸ਼ਾ ਨੂੰ ਇਸ ਸਾਲ ਤਿਰੂਵਨਮਲਾਈ ਜ਼ਿਲ੍ਹੇ ਵਿੱਚ ਸਰਵੋਤਮ ਵਿਦਿਆਰਥੀ ਹੋਣ ਲਈ ਵੀ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ ਕੇਰਲ ਸਟਾਰਟਅਪ ਮਿਸ਼ਨ ਤੋਂ ਪ੍ਰਦੀਪ ਪੀ ਦਨੂਰ ਇਨੋਵੇਸ਼ਨ ਅਵਾਰਡ ਅਤੇ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਸਮਾਰਟਫੋਨਾਂ ਲਈ ਵੀ ਸਨਮਾਨ ਮਿਲਿਆ। ਇਹ ਸਮਾਰਟਫੋਨ ਮਨੁੱਖੀ ਸਰੀਰ ਦੀ ਗਰਮੀ ਨੂੰ ਸੈਂਸਰਾਂ ਰਾਹੀਂ ਮਹਿਸੂਸ ਕਰਦਾ ਹੈ ਅਤੇ ਇਸ ਨੂੰ ਆਪਣੇ ਆਪ ਕਿਰਿਆਸ਼ੀਲ ਕਰਦਾ ਹੈ। ਇਸ ਵਿਕਸਿਤ ਹੁੰਦੇ ਡਿਜੀਟਲ ਯੁੱਗ ਵਿੱਚ ਸਮਾਂ ਲਗਾਉਣ ਵਾਲੇ ਕੁਝ ਵਿਦਿਆਰਥੀਆਂ ਵਿੱਚ ਵਿਨਿਸ਼ਾ ਦੀ ਆਪਣੀ ਡੂੰਘੀ ਸੋਚ ਅਤੇ ਉਦਾਰ ਯਤਨ ਨਾਲ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਕਾਢਾਂ ਕੱਢਣਾ ਅਤੇ ਕਿਤਾਬਾਂ ਪੜ੍ਹਨਾ ਕਾਫੀ ਪ੍ਰਸ਼ੰਸਾਯੋਗ ਹੈ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ ਡਾਊਨਲੋਡ ETV ਭਾਰਤ ਐਪ।